अखलाक तंबियां लुआंदा फिरदा सी गिल्लियां हो गईयां ना तंबियां हुण अपनी वारी रोल पे मैं बाहर आवांगा मेरे मुंह सुन लगा तू तू बादशाह तू घूम जे तेनू बाहर आने का मकसद की मैनू तकलीफ है मैं बाहर आना है तेनू तो कोई तकलीफ नहीं तेरी तो मौज लगी पई है घ्यो 450 रुपए किलो कर दिता ही तेरे बंदे छड़े हुए ये भी एक करप्शन का हिस्सा जे क्लीनोटेक कंपनी आपको हर किस्म की घरेलू फैक्ट्री मैरिज हॉल यूनिवर्सिटी दफातर की सफाई ग्लास वालेकुम सलाम साहब अच्छा खान साहब निकल रहे ने कि अगे को बंद हन किते हो जलसे कर लगे ये कहे हांडे दे विच वड़े हन जी तो निकल रहे ने अच्छा नहीं ओई दसो ना केड़ी गलो निकल रहे ने कहंदे ने अपनी परफॉर्मेंस रात निकल रही ओ परफॉर्मेंस मेरे मुंह तो होजे नहीं निकलन लगी अगे कंटेनर ते चढ़ के थोड़ी ने परफॉर्मेंस दिखाई है ओने कंटेनर ते चढ़ के सारे नु ऐसा धोखा दित्ता मैं सारा कुछ करांगा ओ वाकई ओने ओ कीता के जेड़ा किसे नहीं करना की कीता ਮੰਗਿਆਈ ਦਾ ਤੂਫਾਨ ਉਹਨੇ ਲਿਆਂਦਾ ਕਰਪਸ਼ਨ ਦਾ ਤੂਫਾਨ ਉਹਨੇ ਲਿਆਂਦਾ ਹਾਲਾਂਕਿ ਕਰਪਸ਼ਨ ਉਹ ਲਵਾਉਂਦਾ ਕਿ ਮੈਂ ਖਤਮ ਕਰਾਂਗਾ ਲੇਕਿਨ ਇਹਨੇ ਤਰੀਕੇਕਾਰ ਮੁਖਤਲਫ ਦੇ ਕੇ ਕਰਪਸ਼ਨ ਦਾ ਉਹ ਹਾਲ ਕੀਤਾ ਕਿ ਜਿਹੜੀ ਅੱਜ ਤੱਕ ਦੁਨੀਆ ਸੋਚ ਨਹੀਂ ਸਕਦੀ ਐਸਾ ਕਰਪਸ਼ਨ ਦਾ ਉਹਨੇ ਜਿਹੜਾ ਨਾ ਉਹ ਕਹਿੰਦੇ ਨੇ ਕਰਪਸ਼ਨ ਦਾ ਕਿਸੇ ਵਜ਼ੀਰ ਦਾ ਪਤਾ ਲੱਗੇ ਮੈਂ ਉਸ ਟਾਈਮ ਐਕਸ਼ਨ ਲਵਾਂਗਾ ਆਪਣੇ ਤੇ ਲਿਆਹੂ ਆਪਣੇ ਤੇ ਲਿਆਹੂ ਉਹ ਜਿਹੜਾ ਕੀ ਨਾਂ ਉਹਦਾ ਬਾਬਰ ਬਾਬਰ ਨੇ ਕੀਤਾ ਹੈ ਉਹ ਕਰਪਸ਼ਨ ਇਹਨੇ ਕੀਤੀ ਹੈ ਯਹੂਦੀਆਂ ਕੋਲੋਂ ਪੈਸਾ ਇਹਨੇ ਲਿਆ ਇੰਡੀਆ ਕੋਲੋਂ ਪੈਸਾ ਇਹਨੇ ਲਿਆ ਤਾਂ ਲਾਇਆ ਮੁਸਲਮਾਨਾਂ ਦੇ ਉੱਤੇ ਤਾਂ ਮੁਸਲਮਾਨ ਦੀਆਂ ਮਸਜਿਦਾਂ ਨੂੰ ਢਾਣ ਦੀ ਕੋਸ਼ਿਸ਼ ਇਹਨੇ ਕੀਤੀ ਆ ਚਮਿੰਡੇ ਦਾ ਉੱਧਰ ਕੀ ਨਾਂ ਹੈ ਚਨਿਓੜ 'ਚ ਸਾਰੇ ਆਮ ਮਸਜਿਦ ਢਾ ਕੇ ਬੱਚੇ ਜਿਹੜੇ ਮਦਰਸਿਆਂ 'ਚ ਪੜ੍ਹਨ ਵਾਲੇ ਜਿਹੜਾ ਸਾਨੂੰ ਇਲਮ ਦਾ ਰਾਹ ਦੱਸਣ ਵਾਲੇ ਜਾਂ ਅੱਲਾਹ ਦਾ ਰਾਹ ਦੱਸਣ ਵਾਲੇ ਹਨ ਉਹਨਾਂ ਨੂੰ ਇਹਨੇ ਰੋਡਾਂ 'ਤੇ ਬਹਾ ਦਿੱਤਾ ਅਤੇ ਜਿਹੜੀਆਂ ਨੰਗੀਆਂ ਨੱਚਣ ਵਾਲੀਆਂ ਉਹਨਾਂ ਵਾਸਤੇ ਸਵੀਮਿੰਗ ਪੂਲ ਬਣਾ ਰਿਹਾ ਲੇਕਿਨ ਜਿਹੜਾ ਲਿਆ ਮਦੀਨੇ ਦੀ ਰਿਆਸਤ ਦਾ ਨਾਂ ਲੈ ਕੇ ਤੇ ਮਗਰੋਂ ਕੰਜਰਾਂ ਦੇ ਪੱਲੇ ਸਾਨੂੰ ਪਾ ਦਿੱਤਾ ਕਿਸ ਤਰ੍ਹਾਂ ਚੱਲਣਾ ਹੋ ਪਹਿਲੇ ਆਪਣੇ ਆਪ ਨੂੰ ਕਵਰ ਤੇ ਕਰੇ ਆਪਣੇ ਆਪ ਨੂੰ ਪਹਿਲੇ ਕਵਰ ਕਰੇਗਾ ਤਾਂ ਫੇਰ ਹੈ ਨਾ ਜੇ ਸਾਨੂੰ ਵਹਾਵੇ ਕਿ ਵਾਕਈ ਅਸੀਂ ਜਿਹੜੇ ਆ ਨਾ ਮਦੀਨੇ ਦੀ ਰਿਆਸਤ ਦੇ ਉੱਤੇ ਚੱਲਣ ਵਾਲੇ ਹਾਂ ਕਿਉਂਕਿ ਪੈਰੋਕਾਰ ਪਹਿਲੇ ਆਪ ਹੀ ਹੋਣਾ ਪੈਣਾ ਅਤੇ ਫਿਰ ਰਿਆਸਤ ਨਹੀਂ ਆਉਣਾ ਤਸਵੀ ਫੇਰਦੇ ਨੇ ਉਹ ਤਾਂ ਫਿਰ ਹੁਣ ਨਾ ਗੱਲ ਕਰੋ ਘਰ ਵਾਲੀ ਗੱਲ ਘਰ ਹੀ ਰਹਿਣ ਦਿਓ ਉਹਨਾਂ ਦੇ ਸਾਡੇ ਉਹ ਕੋਲੋਂ ਮੂੰਹ ਉਹ ਤਾਂ ਨਾ ਕਢਾਓ ਉਹ ਕਿਹੜੀ ਗੱਲ ਚਲੋ ਹੁਣ ਅਸੀਂ ਨਹੀਂ ਕਹਿੰਦੇ ਉਹਦੀ ਬੀਵੀ ਹੈ ਉਹਦਾ ਬੰਦਾ ਹੈ ਉਹ ਜੋ ਕੁਝ ਉਹਨੂੰ ਦੇਵੇ ਉਹ ਕਰੀ ਜਾ ਰਿਹਾ ਠੀਕ ਹੈ ਨਾ ਗੱਲ ਉਹਦੇ ਹੁਕਮ ਦੇ ਮੁਤਾਬਕ ਕਰਦਾ ਪਿਆ ਅਤੇ ਸਾਨੂੰ ਵੀ ਉਸੇ ਚਾਲੇ ਪਾਉਣ ਲੱਗਾ ਸਾਡੀਆਂ ਬੀਬੀਆਂ ਭੈਣਾਂ ਨੂੰ ਵੀ ਉਹ ਇਸੇ ਰਾਹ 'ਤੇ ਲਾਉਣ ਲੱਗਾ ਜੋ ਉਹਦੀ ਤੁਸੀਂ ਵੀ ਜਾ ਕੇ ਆਪਣੇ ਬੰਦਿਆਂ ਨੂੰ ਇੰਝ ਹੀ ਕਰੋ ਠੀਕ ਹੈ ਭਾਰੇ ਭੈਣ ਜਾ ਕੇ ਜਿਹੜੇ ਆ ਨਾ ਬੀਬੀਆਂ ਭਾਰੀਆਂ ਭੈਣ ਸਿਹਤ ਕਾਰਡ ਖੁਦਾ ਕਸਮ ਜਿਹੜੇ ਸਿਹਤ ਦਾ ਕਾਰਡ ਦਾ ਇਹਨੇ ਰੌਲਾ ਪਾਇਆ ਹੈ ਨਾ ਅਗਰ ਉਹੀ ਸਾਡੇ ਸਿਵਲ ਹਸਪਤਾਲ ਸਟੈਂਡਰਡ ਦੇ ਕੀਤੇ ਜਾਂਦੇ ਉਹਨਾਂ 'ਤੇ ਇਹੀ ਪੈਸਾ ਸਿਵਲ ਹਸਪਤਾਲ ਦੇ ਉੱਤੇ ਲਾਇਆ ਜਾਂਦਾ ਤਾਂ ਉੱਥੇ ਜਿਹੜੀ ਹਰ ਚੀਜ਼ ਜਿਹੜੀ ਮੁਯੱਸਰ ਕੀਤੀ ਜਾਂਦੀ ਤਾਂ ਸਾਨੂੰ ਕੋਈ ਤਕਲੀਫ ਨਾ ਹੁੰਦੀ ਲੇਕਿਨ ਇਹ ਸਿਹਤ ਕਾਰਡ ਦਾ ਇੱਕ ਧੋਖਾ ਹੁਣ ਤੁਹਾਨੂੰ ਜੋ ਤਕਲੀਫ ਹੋਵੇ ਤੁਸੀਂ ਫੌਰੀ ਤੌਰ 'ਤੇ ਸਿਵਲ ਹਸਪਤਾਲ ਜਾਣਾ ਜਾਂ ਹੋਰ ਕਿਸੇ ਹਸਪਤਾਲ ਜਾਣਾ ਅਤੇ ਜੇਕਰ ਤੁਹਾਡੇ ਕੋਲ ਕਾਰਡ ਹੈ ਤੁਸੀਂ ਕਾਰਡ ਲੈ ਕੇ ਜਾਣਾ ਅਤੇ ਕਾਰਡ ਵਾਲਿਆਂ ਕਹਿਣਾ ਪਹਿਲਾਂ ਜਾ ਕੇ ਤੁਸੀਂ ਜਿਹੜੇ ਨਾ ਇਹਨਾਂ ਦੇ ਆਪਣੇ ਟੈਸਟ ਕਰਵਾ ਕੇ ਲਿਆਓ ਉਹ ਮੈਂ 15-20 ਹਜ਼ਾਰ ਦੇ ਟੈਸਟ ਕਰਵਾ ਦਿਆਂ ਮੇਰੇ ਭੱਲੇ ਹੋਏ ਕੋਈ ਨਾ ਮੈਂ ਇਹਦੇ ਕੋਲ ਫੜ ਇਹਦੇ ਕੋਲ ਫੜ ਨਾ 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 ਝੂਠ ਬੋਲਦਾ 10 ਲੱਖ ਝੂਠ ਬੋਲਦਾ ਮੈਂ ਨਾ ਝੂਠ ਬੋਲਦਾ ਇਹ ਭਾਈਆ ਸਾਡਾ ਇਹਨੇ ਹਰਨੀਆਂ ਦਾ ਆਪਰੇਸ਼ਨ ਕਰਾਇਆ ਇਸੇ ਕਾਰਡ ਦੇ ਉੱਤੇ ਕਰਾਇਆ ਕਹਿੰਦੇ 10 ਹਜ਼ਾਰ ਰੁਪਈਏ ਨੇ ਪੱਲਿਓਂ ਲਾਇਆ ਅਤੇ ਫਿਰ ਉਹਨੇ ਦਾਖਲ ਕੀਤਾ 10 ਹਜ਼ਾਰ ਕੀ ਲਾਇਆ ਅਤੇ ਦਾਖਲ ਫਿਰ ਕੀਤਾ ਉਹਨਾਂ ਨੇ ਦਾਖਲ ਕਰਕੇ ਫਿਰ ਆਪਰੇਸ਼ਨ ਕਰਾਇਆ ਫਿਰ ਉਹ ਆਪਰੇਸ਼ਨ ਕਰਕੇ ਕਟਿੰਗ ਕੀਤੀ ਹੈ ਜੋ ਤੁਹਾਡਾ 35 ਹਜ਼ਾਰ ਰੁਪਇਆ ਉਹਦੇ 'ਚ ਤੁਹਾਡੇ ਕਾਰਡ 'ਚੋਂ 10 ਲੱਖ ਦੇ ਵਿੱਚੋਂ 35 ਹਜ਼ਾਰ ਰੁਪਇਆ ਕੱਟ ਕੀਤਾ ਜੀ
ਸਾਨੂੰ ਕੀ ਪਤਾ ਕਿੰਨੇ ਕਟਿਆ ਕਿੰਨੇ ਨਹੀਂ ਕਟਿਆ। ਟੈਸਟ ਵੀ ਫ੍ਰੀ ਹੈ, ਹਰ ਚੀਜ਼ ਹੱਥਾਂ ਕੇ। ਡਾਕਟਰ ਜਿਹੜਾ ਯਾਰ ਸਰ, ਮੈਂ ਕਿ ਝੂਠ ਨਹੀਂ ਬੋਲਦਾ ਪਿਆ ਭਾਈਆ, ਇਸ ਜਿੰਦਾ ਸਬੂਤ ਕੋਲ ਖਲੋਤਾ ਹੈ। ਉਸੇ ਕਾਰਡ ਦੇ ਵਿੱਚ ਇਹਨੇ ਆਪਰੇਸ਼ਨ ਕਰਵਾਇਆ, ਲੇਕਿਨ ਪਹਿਲੇ ਜਾ ਕੇ ਜਿੰਨੇ ਵੀ ਟੈਸਟ ਹੈ ਨੇ ਉਹ ਕਰਵਾਏ ਨੇ, ਫਿਰ ਉਹਨਾਂ ਟੈਸਟ ਫੜ ਕੇ ਫਿਰ ਇਹਨੂੰ ਦਾਖਲ ਕੀਤਾ। ਫਿਰ ਦਾਖਲ ਕਰਨ ਤੋਂ ਬਾਅਦ ਜਿਹੜਾ ਨਾ ਫੀਸਾਂ ਵੀ ਦਿੱਤੀਆਂ ਡਾਕਟਰਾਂ ਦੀਆਂ, ਆਪਰੇਸ਼ਨ ਕਰਕੇ ਫਿਰ ਉਹਨੂੰ ਦੱਸਿਆ ਕਿ ਤੁਹਾਡੇ ਹੁਣ ਪੈਸੇ ਕੱਟ ਕੱਤੇ, ਤਾਂ ਆਉਣ ਲੱਗਿਆ ਸਾਨੂੰ ਕਿਰਾਇਆ ਦਿੱਤਾ ਜੀ, ਆਹ ਲਓ ਜੀ 1000 ਰੁਪਇਆ ਲਾਇਓ ਜਾਓ। ਉਹ ਜਿਹੜਾ ਅਸੀਂ ਇੱਥੋਂ ਡਸਕਿਓ ਸਿਆਲਕੋਟ ਜਾਂਦੇ ਰਹੇ, ਮੈਂ 1000 ਰੁਪਇਆ ਲੈਂਦਾ ਗੱਡੀ ਵਾਲਾ, ਸਮਝੋ ਕਿ ਨਹੀਂ। ਹੁਣ ਸਾਰੇ ਆਮ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹਨਾਂ 'ਚ ਵੀ ਕਰ ਰਹੇ ਸ਼ਨਾਖਤੀ ਕਾਰਡ ਦੀ ਪ੍ਰਾਈਵੇਟ। ਯਾਰ ਪ੍ਰਾਈਵੇਟਾਂ ਦੇ ਵਿੱਚ ਉਹਨਾਂ ਹਸਪਤਾਲਾਂ ਦੇ ਵਿੱਚ ਉਹਨਾਂ ਦਿੱਤਾ ਹੈ ਕਿ ਜਿੱਥੇ ਇਹਨਾਂ ਦਾ ਖਰਚਾ ਆਪਸ 'ਚ ਚੱਲੇ, ਇਹ ਵੀ ਕਰਪਸ਼ਨ ਦਾ ਇੱਕ ਰੋਲ ਹੈ। ਮੈਂ ਜੋ ਉਹਨਾਂ ਕੋਲ ਤੇਰਾ ਸਿਵਲ ਹਸਪਤਾਲ ਕਾਹਦੇ ਲਈ ਹੈ? ਅੰਗਰੇਜ਼ ਮਰ ਗਏ ਨੇ ਜਿਹੜੇ ਬਣਾ ਕੇ ਗਏ ਨੇ, ਉਹ ਸਹੂਲਤਾਂ ਦੇ ਕੇ ਗਏ ਨੇ, ਲੇਕਿਨ ਇਹ ਆਉਂਦਾ ਸੀ ਉਹ ਲੰਡਨ, ਉਹ ਫਲਾਣਾ ਮੁਲਕ, ਸਾਰੇ ਅੱਛਾ ਕੰਮ ਕਰਦੇ ਨੇ। ਹੁਣ ਉਹਨਾਂ ਦੇ ਰਾਹ 'ਤੇ ਮੈਂ ਚੱਲਣਾ ਪਿਆ, ਉਹਨਾਂ ਦੇ ਰਾਹਾਂ ਦੇ ਵਿੱਚ ਤਾਂ ਉਹਨਾਂ ਬਣਾਏ ਹਨ ਸਿਵਲ ਹਸਪਤਾਲ ਬਿਹਤਰੀਨ, ਰੇਲਵੇ ਬਣਾਏ ਬਿਹਤਰੀਨ ਉਹਨਾਂ ਨੇ, ਉਹ ਕਿਹਨਾਂ ਬਣਾਈ ਹੈ? ਗੋਰੀਆਂ ਬਣਾਈ ਹੈ ਨਾ, ਹਾਲਾਂ ਉਹਨਾਂ ਨੂੰ ਮੰਨਦੇ ਨਹੀਂ ਅਸੀਂ, ਲੇਕਿਨ ਉਹਨਾਂ ਨੇ ਸਾਡੇ ਨਬੀ ਦੇ ਤਰੀਕੇਕਾਰ ਨੂੰ ਉਹ ਮਦੀਨੇ ਦੀ ਰਿਆਸਤ ਦਾ ਜਿਹੜਾ ਅਮਲ ਲੈ ਕੇ ਉਹਨਾਂ ਕੰਮ ਕੀਤੇ। ਅੱਜ ਪੁਰਾਣਾ ਹਸਪਤਾਲ ਕਿਤੇ ਵੀ ਜਾ ਕੇ ਤੁਸੀਂ ਵੇਖੋ, ਉਹਦੀਆਂ 13-13 ਫੁੱਟ ਦੀਆਂ ਦੀਵਾਰਾਂ, ਉਹਨਾਂ ਦੀ ਦੀਵਾਰਾਂ ਦੀ ਛੱਤਾਂ ਜਿਹੜੀਆਂ ਨੇ ਅੱਜ ਵੀ ਤੁਹਾਨੂੰ 14-14 ਫੁੱਟ ਤੋਂ ਵੀ 15-15 ਫੁੱਟ 'ਤੇ ਮਿਲਣਗੀਆਂ। ਅਤੇ ਜਿਹੜੇ ਹੁਣ ਇਹ ਬਣਾ ਰਹੇ ਨੇ, ਹੁਣ ਜਿਹੜੇ ਬਣਾ ਰਹੇ ਨੇ, ਉਹਨਾਂ ਦੇ ਲੈਂਟਰ ਅੱਜ ਪਾਉਂਦੇ ਨੇ, ਪਰਸੋਂ ਨੂੰ ਡਿੱਗ ਪੈਂਦਾ। ਇਹ ਮਟੀਰੀਅਲ ਕੌਣ ਲਾ ਰਿਹਾ ਜਿਹੜੇ ਇਹਨਾਂ ਦੇ ਖਰਚੇ ਨਾਲ? ਇਹੋ ਜਿਹਾ ਸਿਹਤ ਕਾਰਡ ਜਿਹੜਾ ਅਮਰੀਕਾ 'ਚ ਦਿੱਤਾ ਜਾ ਰਿਹਾ, ਇੰਗਲੈਂਡ 'ਚ, ਸਿਰਫ ਪਾਕਿਸਤਾਨ 'ਚ ਇਮਰਾਨ ਖਾਨ ਦੇ ਰਿਹਾ। ਇਮਰਾਨ ਖਾਨ ਦੇ ਰਿਹਾ, ਜਿੱਥੇ ਅਮਰੀਕਾ 'ਚ ਦਿੰਦੇ ਨੇ ਨਾ, ਉਹ ਤਾਂ ਪੂਰੀਆਂ ਫੈਸਿਲਿਟੀਆਂ ਨੇ। ਅਗਰ ਸਾਡੇ ਕੋਲੋਂ ਟੈਕਸ ਲੈਂਦੇ ਨੇ ਤੇ ਉਸ ਕੌਮ ਕੋਲ ਟੈਕਸ ਲੈ ਕੇ ਉਹਨਾਂ ਨੂੰ ਪੂਰੀਆਂ ਫੈਸਿਲਿਟੀਆਂ ਦਿੰਦੇ ਨੇ, ਪੂਰੇ ਰੋਡ ਸਹੀ ਕਰਦੇ ਨੇ, ਪੂਰੇ ਜਿੱਥੇ ਕੰਮ ਕਰਵਾਉਣ ਲਈ ਜਾਂਦੇ ਅਗਨ ਬਿਮਾਰ ਹੁੰਦਾ ਅਤੇ ਹਸਪਤਾਲ ਜਾਂਦੇ, ਜਾਂਦਿਆਂ ਨਰਸਾਂ ਜਾਂ ਡਾਕਟਰ ਫੌਰੀ ਤੌਰ 'ਤੇ ਉੱਠ ਕੇ ਸਲੂਟ ਕਰਦੇ ਨੇ ਮਰੀਜ਼ ਨੂੰ, ਅਤੇ ਇੱਥੋਂ ਵਾਲੇ ਡਾਕਟਰ ਗਲੇ ਪੈਂਦੇ ਪਏ ਨੇ, ਅੱਜਾ ਲਿਆਓ ਜਿੱਥੇ ਮਰਜ਼ੀ ਆ ਮਰੀਜ਼ ਨੂੰ। ਇੱਕ ਡਾਕਟਰੀ ਕੋਈ ਸਹੂਲਤਕਾਰੀ ਹੈ ਕੋਈ? ਖਾਨ ਸਾਹਿਬ ਸਹੀ ਕਹਿੰਦੇ ਨੇ, ਕੌਮ ਦੀ ਅਖਲਾਕੀ ਤਰਬੀਅਤ ਕਰਨੀ ਚਾਹੀਦੀ। ਅਤੇ ਆਪਣੀ ਪਹਿਲੇ ਕਰਵਾਇਆ ਤਾਂ ਫੇਰ ਰਹਿਣਾ, ਆਪਣੀ ਕਰਵਾ ਲਈ ਹੋ ਕੰਟੇਲਰ 'ਤੇ ਚੜ੍ਹੀ ਹੋਈ ਅਖਲਾਕੀ ਤਰਬੀਤ ਸੀ ਉਹਦੀ, ਉਹ ਕੰਟੇਲਰ 'ਤੇ ਜਿਹੜਾ ਚੜਿਆ ਸੀ ਉਹਦੇ ਅਖਲਾਕ ਸੀ, ਤੰਬੀਆਂ ਲਵਾਉਂਦਾ ਫਿਰਦਾ ਸੀ ਉਹ, ਹੈ ਗਿੱਲੀਆਂ ਹੋ ਗਈਆਂ ਇਹਨਾਂ ਦੀ ਤੰਬੀਆਂ। ਹੁਣ ਆਪਣੀ ਵਾਰੀ ਰੋਲ ਪਿਆ, ਮੈਂ ਬਾਹਰ ਆਵਾਂਗਾ, ਉਹ ਮੇਰੇ ਮੂੰਹ ਸੁਣ ਲੱਗਾ, ਤੂੰ ਬਾਦਸ਼ਾਹ, ਬਾਦਸ਼ਾਹ ਦਾ ਕੰਮ ਹੈ ਨੀਵਿਆਂ ਰਹਿਣਾ, ਅਖਲਾਕ ਰਹਿਣਾ, ਪੇਸ਼ ਆਉਣਾ। ਕਿੱਡੀ ਕਿੱਡੀ ਬਕਵਾਸ ਕੀਤੀ ਤੁਸੀਂ ਜਾਣਦੇ ਇਸ ਚੀਜ਼ ਨੂੰ, ਇੰਝ ਦੀ ਬਕਵਾਸ ਕਰੀ ਦੀ ਹੈ? ਬਾਦਸ਼ਾਹ ਦਾ ਹੱਕ ਇਹ ਵੇ ਜਾਂ ਵਜ਼ੀਰ ਦਾ ਹੱਕ ਇਹ ਵੇ ਕਿ ਕਿਸੇ ਗੱਲ ਪੈਣਾ, ਉਹ ਤਾਂ ਅਵਰ ਆਵਾਮ ਆਵੇ ਤਾਂ ਉਹਨੂੰ ਸਲੂਟ ਕਰੇ, ਉਹਦੇ ਨਾਲ ਪਿਆਰ ਮੁਹੱਬਤ ਕਰੇ। ਇਹ ਤਾਂ ਉਲਟਾ ਪੈਂਟ, ਮੈਂ ਬਾਹਰ ਨਿਕਲਾਂਗਾ, ਫਾਇਦਾ ਕੀ? ਤੂੰ ਘੁੰਮ ਜੇ, ਤੈਨੂੰ ਬਾਹਰ ਆਉਣ ਦਾ ਮਕਸਦ ਕੀ? ਮੈਨੂੰ ਤਕਲੀਫ ਹੈ, ਮੈਂ ਬਾਹਰ ਆਉਣਾ, ਤੈਨੂੰ ਤਾਂ ਕੋਈ ਤਕਲੀਫ ਨਹੀਂ। ਤੇਰੀ ਤਾਂ ਮੌਜ ਲੱਗੀ ਪਈ ਹੈ, ਘਿਓ 450 ਰੁਪਏ ਕਿਲੋ ਕਰ ਦਿੱਤਾ ਜੀ, ਤੇਰੇ ਬੰਦੇ ਛੱਡੇ ਹੋਏ, ਇਹ ਵੀ ਇੱਕ ਕਰਪਸ਼ਨ ਦਾ ਹਿੱਸਾ ਜੇ। ਅੱਜ ਤੱਕ ਅਸੀਂ ਵਹਿੰਦੇ ਆਏ ਹਾਂ, ਅੱਜ ਤੱਕ ਅਸੀਂ ਵਹਿੰਦੇ ਆਏ ਹਾਂ 10 ਪੈਸੇ 15 ਪੈਸੇ 50 ਰੁਪਏ ਅਤੇ 1 ਰੁਪਈਆ ਤੱਕ ਜਦੋਂ ਵੱਧਦਾ ਸੀ ਨਾ ਬਿਜਲੀ ਦਾ ਰੇਟ, ਤਾਂ ਵੱਧ ਪੈ ਜਾਂਦਾ ਸੀ। ਅੱਜ ਤਾਂ 10-10 ਰੁਪਈਏ ਅਤੇ 20-20 ਰੁਪਈਏ ਇਕੱਠਾ ਤੇਲ ਦਾ ਰੇਟ ਵੱਧਦਾ, ਤਾਂ ਕੋਈ ਪਤਾ ਹੀ ਨਹੀਂ ਕੀ ਕੌਣ ਨੇ ਇਹ ਮਗਰ ਜਿਹੜੇ ਕਰਵਾਉਣ ਵਾਲੇ। ਇਹਦੇ ਛੱਡੇ ਹੋਏ ਬੰਦੇ, ਇਹਦੇ ਸਪੈਸ਼ਲ ਛੱਡੇ ਹੋਏ ਬੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਅਤੇ ਕਰਦੇ ਨੇ ਕੀਤਾ ਹੈ, ਅਤੇ ਉਹਨਾਂ ਨੂੰ ਕੱਲ੍ਹ ਸਰਟੀਫਿਕੇਟ ਦਿੱਤੇ ਨੇ ਖਾਨ ਸਾਹਿਬ ਦੇ ਪ੍ਰੋਪਰ। ਉਹ ਇਸੇ ਗੱਲ ਦੇ ਤੇ ਇਹਨੂੰ ਹੀ ਆਉਂਦੇ ਨੇ ਕਰਪਸ਼ਨ, ਹਾਂਜੀ ਇਹ ਹੀ ਤਾਂ ਉਹਦਾ ਅਜੇ ਤੱਕ ਦੱਸਦੇ ਨੇ। ਇਸ ਪਰਸੋਂ ਬੈਠਾ ਸੀ ਟੀਵੀ 'ਤੇ ਅਬਾਸੀ, ਉਹਨੂੰ ਨਾਲ ਦਿਆਂ ਨੇ ਕਿਹਾ ਕਿ ਉਹ ਅੰਕਰ ਨਹੀਂ ਕਿਹਾ ਕਿ ਮਹਿੰਗਾਈ ਬੜੀ ਜਾਈ ਹੈ, ਉਹ ਆਉਂਦਾ ਕਿੱਥੇ ਮਹਿੰਗਾਈ ਹੈ, ਆਉਂਦਾ ਜਾ ਕੇ ਆਪਣੇ ਇਲਾਕੇ 'ਚ ਵੇਖਦੇ ਸਹੀ, ਪੁੱਛਦੇ ਸਹੀ ਕਿ ਮਹਿੰਗਾਈ ਹੈ ਕਿ ਨਹੀਂ ਹੈ। ਮੈਂ ਜੋ ਉਹਨਾਂ ਦਾ ਮਹਿੰਗਾਈ ਹੈ 450 ਰੁਪਏ ਦਾ ਘਿਓ ਜਿਹੜਾ ਅਸੀਂ 150 ਰੁਪਏ ਦਾ ਲੈਂਦੇ, 3 ਸਾਲਾਂ ਦੇ ਵਿੱਚ 150 ਰੁਪਈਏ ਤੋਂ 450 ਤੋਂ ਗਿਆ, ਕਿੰਨੇ ਪੈਸੇ ਵਧੇ, ਕਿੰਨੇ ਪੈਸੇ ਵਧੇ ਭੈਣ ਜਿਹੜਾ ਦੱਸਿਓ ਜੇ। 300 ਰੁਪਈਆ ਵਧਾਇਆ ਜੇ, 100 ਰੁਪਈਆ ਸਾਲ ਦਾ, 100 ਰੁਪਏ ਸਾਲ ਦਾ ਵਧਾਇਆ ਜੇ ਨਾ, ਤਾਂ ਕਿ ਬਜਟ ਆਉਂਦਾ ਸੀ 5 ਸਾਲਾਂ 2.5 ਸਾਲਾਂ ਬਾਅਦ, ਅਤੇ ਜਦੋਂ ਉਹਦੇ 'ਚ 10 ਰੁਪਏ ਵੱਧਦੇ ਹਨ ਨਾ, ਤਾਂ ਸਾਰੇ ਜਿਹੜੇ ਉੱਥੇ ਅੰਦਰ ਅਸੈਂਬਲੀ 'ਚ ਬੈਠੇ ਹੁੰਦੇ ਰੋਂਦੇ ਹਨ, ਕਲਪਦੇ ਹਨ ਨਾ ਵਧਾਓ, ਕੌਮ ਸਾਡੀ ਜਿਹੜੀ ਇੰਨੇ ਜੋਗੀ ਨਹੀਂ ਹੈਗੀ।
इन्हें केड़ी कौम दे उते अजाब सुर दिता है सानू तो समझ नहीं लगती ये साढ़े वास्ते अजाब बन गया है तीन साल दे विच की बनाया हो केड़ा सोचिया साढ़े वास्ते दावे करदे ने चाचा पहला बंदा आया पहला बंदा आया दी भैन दी मशीन बड़िया दी चलदिया ने कोई वाकई भाई मशीन सारे कहने एक एक मशीन दो बिल दे भैन चो जमा करवाण वाले बनिए क्लीनोटेक कंपनी आपको हर किस्म के घरेलू फैक्ट्री मैरिज हॉल यूनिवर्सिटी दफातर की सफाई ग्लास विंडो सफाई वाटर टैंक सफाई इलेक्ट्रिशियन पेंट पॉलिश छत सीलिंग की सर्विस प्रोवाइड करती है जदीद आलात और स्किल्ड स्टाफ एक कॉल पर आपकी खिदमत में हाजिर अभी कॉल करें।